ਪੈਦਾ ਗਿਆ ਤੇਰਾ ਫੇਰ ਪਾਜ ਦੂਰੀ ਕਰ ਚੱਲ 1 2 3 ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰੋ ਪਿਛਲਾ ਲਾਈ ਮੇਰਾ ਵਿੱਚੋਂ ਹੀ ਰੋਕਤਾ ਵੀ ਰਿਸਟ੍ਰਿਕਸ਼ਨ ਆ ਬੈਨ ਇੰਨੀ ਤੇਜ਼ ਆ ਦੇਖ ਲੋ ਪੁਲਿਸ ਬਲੈਕ ਨੂੰ ਫੜ ਲਈ ਤੇਜ਼ ਨਹੀਂ ਹੈਗੀ ਪੁਲਿਸ ਇਹਨਾਂ ਨੇ ਕੀ ਕਰਿਆ ਜੀ ਕੱਲ ਜਿਹੜਾ ਆਪਾਂ ਪਰਸੋਂ ਜਿਹੜਾ ਉਹ ਕੈਸੂ ਵਾਲਾ ਗਾਣ ਵਾਲਾ ਫੜਿਆ ਸੀਗਾ ਕੋਈ ਧਰਮ ਨਹੀਂ ਹੈਗਾਗਾ ਉਹ ਫੜਿਆ ਸਾਡੀ ਟੀਮ ਨੇ ਅਸੀਂ ਗਏ ਥਾਣੇ 'ਚ ਕੈਸੂ ਵਾਲਾ ਢੇਰੀ ਕਰਿਆ ਉਹ ਤੋਂ ਲੱਖਾਂ ਜਵਾਕ ਨਸ਼ੇ ਦੀ ਉਹ ਫੈਕਟਰੀ ਹੈ ਲੱਖਾਂ ਜਵਾਕ ਉਹ ਤੋਂ ਲੈ ਕੇ ਮਰ ਗਏ ਉਹਨੂੰ ਪੁਲਿਸ ਨੇ ਤਾਂ ਕੋਈ ਪਰਚਾ ਨਹੀਂ ਪਾਇਆ 188 ਦੀ ਕਾਰਵਾਈ ਕਰਕੇ ਉਹ ਛੱਡਤਾ ਛੱਡਣ ਤੋਂ ਬਾਅਦ ਉਹ ਮੂਹਰੇ ਵੀ ਬਿਠਾਇਆ ਵੀ ਇਹ ਤੋਂ ਬਰਾਮਦ ਹੋਏ 188 ਕੈਪਸੂਲ ਕਿਉਂ ਉਹਦੇ ਕੋਲ ਪੈਸਾ ਬਹੁਤ ਹੈ ਕੋਈ ਗਰੀਬ ਫੜਾ ਜਾਂਦਾ ਛੋਟੀ ਜਿਹੀ ਭੁੱਕੀ ਨਾਲ ਜਾਂ 2 ਬੋਤਲ ਦਾਰੂ ਨਾਲ ਜਾਂ 5 ਗ੍ਰਾਮ ਚਿੱਟੇ ਨਾਲ ਉਹਨੂੰ ਇਹ ਅੰਦਰ ਧੱਕ ਦਿੰਦੇ ਹੁਣ ਕੀ ਹੁੰਦਾ ਜੀ ਅੱਜ ਸਵੇਰੇ ਮੈਨੂੰ SSP ਨਾਨਕ ਸਿੰਘ ਬੁਲਾਉਂਦਾ ਕਹਿੰਦੇ ਮੇਰੇ ਕੋਲ 6 ਤੋਂ 6 ਆ ਮੈਂ ਵਗ ਗਿਆ ਮੈਨੂੰ ਆਇਆ ਸੀ ਮੈਂ ਹਕੀਪ ਤਾਂ ਕੀ ਗੱਲ ਹੋਊਗੀ ਮੈਨੂੰ ਕਹਿੰਦਾ ਝੋਟੇ ਤੂੰ ਇਹ ਕੰਮ ਬੰਦ ਕਰ ਦੇ ਮੈਂ ਕਿਹੜਾ ਇਹ ਕਹਿੰਦਾ ਨਸ਼ੇ ਫੜਨ ਵਾਲਾ ਮਾ ਜੀ ਕਹਿੰਦਾ ਹਾਂ ਮਾ ਜੀ ਮੈਂ ਕਿਉਂ ਬੰਦ ਕਰਾਂ ਤੁਸੀਂ ਨਹੀਂ ਫੜਦੇ ਜਦੋਂ ਤੁਹਾਡਾ ਹੱਕ ਹੈ ਫੜਨ ਦਾ ਕਹਿੰਦਾ ਅਸੀਂ ਫੜਦੇ ਨਹੀਂ ਮਾ ਤੁਸੀਂ ਜਵਾਨੀ ਫੜ ਦੱਸੋ ਕਿਹੜਾ ਫੜਾ ਨਸ਼ੇ ਵਾਲਾ ਹੈਵੀ ਲਗਾ ਬਈ ਦੱਸੋ ਕਿਹੜੀ ਕਰੀਏ ਤੁਸੀਂ ਇਹਨਾਂ ਨੇ ਕੀ ਕਰਿਆ ਮੈਂ ਇਹਨਾਂ ਦੀ ਗਲੇ ਦੀ ਹੱਡੀ ਬਣ ਗਿਆ ਇਹਨਾਂ ਦੀ ਗਲੇ ਦੀ ਹੱਡੀ ਬਣਨ ਕਾਰਨ ਜੀ ਇਹਨਾਂ ਨੇ ਕੀ ਕਰਿਆ ਵੀ ਹੁਣ ਸਾਡੇ ਗਲੇ ਦੀ ਹੱਡੀ ਬਣ ਗਿਆ ਇਹਨਾਂ ਦੀ ਰੋਜ਼ ਹੋ ਰਹੀ ਹੈ ਬੇਇੱਜ਼ਤੀ ਡੇਲੀ ਜਸ ਕੇ ਇਹਨਾਂ ਨੇ ਚੁੱਪਣੀ ਬੱਟੀ ਸਿੱਧਮ ਸਿੱਧਾ ਉਹ ਉਹੀ ਬੰਦੇ ਨੂੰ ਲਿਆਂਦਾ ਅੱਜ ਉਹ ਤੋਂ ਪ੍ਰੈਸ ਨੋਟ ਲਿਖਾਇਆ ਸੂਸਾਈਡ ਨੋਟ ਤੇ ਉਹਨੂੰ ਕਿਸੇ ਹੋਟਲ 'ਚ ਬਿਠਾ ਰੱਖਿਆ ਹੋਊ ਜਾਂ ਕਿਸੇ ਸੇਫ ਜਗ੍ਹਾ ਪੁਲਿਸ ਨੇ ਆਪਦੀ ਦੇਖ ਰੇਖ 'ਚ ਬਿਠਾ ਰੱਖਿਆ ਹੈਗਾ ਵੀ ਤੂੰ ਐਂ ਲਿਖ ਦੇ ਤੇ ਮੈਨੂੰ ਹੁਣ ਚੱਕਣ ਦੀ ਤਿਆਰੀ ਹੈ ਤੇ ਹੁਣ ਮੈਂ ਪੁਲਿਸ ਨੂੰ ਬੇਨਤੀ ਕਰਦਾ ਇੱਕ ਛੱਡੋ 15 ਪਰਚੇ ਪਾ ਦਿਓ ਤੇ ਮੈਨੂੰ ਚੱਕਣ ਆਇਓ ਮੈਨੂੰ ਦੱਸਿਓ ਵੀ ਆਹ ਤੇਰੇ ਦੇ ਪਰਚਾ ਮੈਂ ਤੁਰ ਕੇ ਸਿੱਖ ਧਰਮ ਦਾ ਬੰਦਾ ਸਿੱਧੀ ਸਾਫ ਗੱਲ ਕਰ ਰਿਹਾ ਮੈਨੂੰ ਚੱਕਣਾ ਕੋਈ ਵੀ ਆਵੇ ਚਾਹੇ 15 ਪਰਚੇ ਪਾ ਦਿਓ ਇੱਕ ਛੱਡੋ ਮੈਂ ਆਪ ਗ੍ਰਿਫਤਾਰੀ ਦੇਣ ਆਊਂਗਾ ਮੇਰੇ ਘਰੇ ਨਾ ਆਇਓ ਫੜਨ ਕੋਈ ਮੈਂ ਚੋਰ ਚੱਕਰ ਤੇ ਭੌੜਾ ਨਹੀਂ ਹੈਗਾ ਮੈਨੂੰ ਪਤਾ ਤੁਸੀਂ ਮੇਰੇ ਤੇ ਪਰਚੇ ਪਾਉਣੇ 15 ਪਰਚੇ ਤੇ ਨੰਬਰ 2 ਮੇਰੇ ਨਾਲ ਭੀੜ ਸੀ ਭੀੜ ਤੇ ਕੋਈ ਪਰਚਾ ਨਹੀਂ ਜੇ ਪਰਚਾ ਪਾਉਣਾ ਮੇਰੇ ਇਕੱਲੇ ਤੇ ਪਾਓ ਮੈਂ ਇਕੱਲਾ ਸੀ ਕੋਈ ਮੇਰੇ ਨਾਲ ਟੀਮ ਹੈ ਜਵਾਕ ਫਿਰਦੇ ਨੇ ਆਪਦਾ ਕੰਮ ਛੱਡ ਕਿਸੇ ਜਵਾਕ ਤੇ ਪਰਚਾ ਨਾ ਪਾਇਆ ਜਾਵੇ ਤੇ ਮੈਨੂੰ ਪਤਾ ਤੁਹਾਡਾ ਕੰਮ ਹੈ ਤੁਸੀਂ ਮੈਨੂੰ ਚੁੱਪ ਕਰਾਉਣਾ ਹੈ ਮਾਰ ਕੇ ਚੁੱਪ ਕਰਾਉਣਾ ਹੁਣ ਇਹਨਾਂ ਨੂੰ ਆਇਆ ਵੀ ਝੋਟਾ ਭਗੌੜਾ ਹੋ ਜੇ ਇਹਨਾਂ ਦਾ ਬੰਦੀ ਸਾਨੂੰ ਦੱਸ ਰਿਹਾ ਵੀ ਝੋਟੇ ਦੇ ਪਰਚਾ ਬਤੌਰਾ ਭਰਾ ਹੋ ਜਾ ਵੀ ਝੋਟਾ ਉਹਨਾਂ ਭਰਾ ਹੋਊਗਾ ਉਹਦੇ ਕੋਲੇ ਕੋਈ ਵੱਡੀ ਖੇਪ ਧਰਾਂਗੇ ਨਸ਼ੇ ਦੀ ਜਾਂ ਇਹਦੇ ਗੋਲ ਪਿਸਤੌਲ ਧਰਾਂਗੇ ਇਹਨੂੰ ਮਾਰਾਂਗੇ ਕੁਛ ਵੀ ਕਰ ਰਹੇ ਆ ਮੇਰੇ ਨਾਲ ਇਹ ਗੱਲ ਕਰ ਮੈਂ ਆਪਦੇ ਘਰੇ ਰਹੂੰਗਾ ਆਪਦੇ ਘਰੇ ਆ ਮੈਨੂੰ ਜਦੋਂ ਮਰਜ਼ੀ ਫੋਨ ਕਰੋ ਘਰੋਂ ਚੱਕਣ ਆਇਓ ਫੇਰ ਨਾ ਕਹੋ ਹੁਣੇ ਹੁਣੇ ਖਬਰ ਆਈ ਇੱਕ ਕਹਿੰਦੇ ਵੀ ਅਸ਼ਵਨੀ ਹਸਪੀਟਲ 'ਚ ਐਡਮਿਟ ਕੀਤਾ ਇਹਨਾਂ ਨੇ ਅਸ਼ਵਨੀ ਇਹਨਾਂ ਨੇ ਹਸਪੀਟਲ 'ਚ ਕਰਿਆ ਐਡਮਿਟ ਜੀ ਦੇਖੋ ਉਹ ਸਰਕਾਰੀ ਹਸਪਤਾਲ 'ਚ ਐਡਮਿਟ ਹੈ ਤੇ ਪ੍ਰੈਸ ਨੂੰ ਮੈਨੂੰ ਫੜਨ ਦੀ ਤਿਆਰੀ ਹੈ ਦਾਖਲ ਬੰਦਾ ਤੁਹਾਡੇ ਤੁਹਾਨੂੰ ਛੱਡ ਕੇ ਗਿਆ ਤੁਹਾਡੇ ਕੋਲੇ ਤੁਸੀਂ ਛੱਡ ਰਹੇ ਉਹਨੂੰ ਤੇ ਤੁਸੀਂ ਛੱਡ ਕੇ ਉਹਨੂੰ ਤੁਹਾਡਾ ਫਿਰ ਕੀ ਕੰਮ ਹੈ ਬੰਦਾ ਸੂਸਾਈਡ ਨੋਟ ਲਿਖ ਜੇ ਹੋਰ ਬੰਦੇ ਤੋਂ ਕੈਸ ਨੂੰ ਫੜੇ ਜਾਂਦਾ ਛੱਡ ਦੇ SSP ਸਾਹਿਬ 15 ਪਰਚੇ ਪਾਓ ਇੱਕ ਛੱਡੋ ਇੱਕ ਤੁਹਾਡਾ ਨਾਮ ਨਾਨਕ ਸਿੰਘ ਹੈ ਕੰਮ ਵੀ ਸਿੱਖੀ ਵਾਲੇ ਕਰ ਲਓ ਸਰਦਾਰੀ ਵਾਲੇ ਕਰ ਲਓ ਕੀ ਮੈਂ ਗਲਤ ਕੰਮ ਕਰ ਰਿਹਾ ਲੋਕੋ ਇਹਨਾਂ ਨੂੰ ਪੁੱਛੋ ਹੁਣ ਸਾਥ ਦੇਣ ਦੀ ਤੁਹਾਡੀ ਵਾਰੀ ਹੈ ਮੈਂ ਇੰਨਾ ਕੰਮ ਕਰ ਲਿਆ ਜਿੰਨਾ ਕੁ ਮੈਨੂੰ ਲੱਗਦਾ 5 ਪੈਸੇ ਕੰਮ ਨਹੀਂ ਕਰਿਆ ਸ਼ੇਰ 'ਚੋਂ ਜੇ ਪੂਣੀ ਨਹੀਂ ਕੱਤੀ ਜੋ ਸਮਾਜ ਦੇ ਰਾਖੇ ਨੇ ਉਹੀ ਸਮਾਜ ਦੇ ਦੁਸ਼ਮਣ ਬਣ ਗਏ ਇਹ ਲੀਡਰ ਭਗਵੰਤ ਮਾਨ ਤੱਕ ਇਹ ਵੀਡੀਓ ਪਹੁੰਚਾ ਦਿਓ ਸਵੇਰ ਦੀ ਇਹ ਗੱਲ ਹੈ ਨਾਨਕ ਸਿੰਘ ਨੂੰ ਕੋਈ ਗੁਰਦੁਆਰੇ ਚੜ੍ਹੇ ਨਾਨਕ ਸਿੰਘ ਨਾਮ ਹੈ ਕੋਲੇ ਦੇ ਸੰਜੀਵ ਕੋਲੇ ਬੈਠਾ ਪਹਿਲਾਂ ਉਹਨੇ ਸੰਜੀਵ ਗੋਲ ਦਾ ਨਾਮ ਲਿੱਤਾ ਮੈਂ ਉਹਨੂੰ ਸਵੇਰੇ ਪੁੱਛ ਲਿਆ ਤੇਰੀ ਦਰਖਾਸਤ ਹੋਣਾ ਕਿਵੇਂ ਫੜਨ ਵਗ ਗਿਆ ਉੱਥੋਂ ਦੇ ਅੱਗ ਲੱਗੀ ਹੈ ਜਿੱਥੋਂ ਲੱਗਣੀ ਸੀ ਕਿ ਉਹਨੇ ਸਾਰਾ ਪਾਂਡਾ ਸੰਜੀਵ ਗੋਲੇ ਤੇ ਫੜਨਿਆ ਸੀ ਹੁਣ ਨਾਨਕ ਸਿੰਘ ਜੀ ਮੇਰੇ ਬੱਚਿਆਂ ਦਾ ਧਮਕੀਆਂ ਮਿਲ ਰਹੀਆਂ ਤੇਜ਼ਾਬ ਪਾਉਣ ਦੀਆਂ ਮੈਂ ਲੋਕਾਂ ਨੂੰ ਦੱਸਿਆ ਨਹੀਂ ਵੀ ਮੇਰੇ ਬੱਚਿਆਂ ਨੂੰ ਧਮਕੀਆਂ ਆ ਰਹੀਆਂ ਮੇਰੇ ਕੋਲੇ ਵੌਇਸ ਨੋਟ ਸੋਨੂੰ ਵੌਇਸ ਨੋਟ ਭੇਜਿਆ ਬਲੈਕ ਹੀ ਹੈ ਬੰਦੇ ਦਾ ਤੁਸੀਂ ਉਹਦਾ ਗ੍ਰਿਫਤਾਰੀ ਕਰੀ ਉਹਦਾ ਨੰਬਰ ਦਿੱਤਾ ਤੁਸੀਂ ਮੈਨੂੰ ਫੜਨਾਗੇ 10 ਨੂੰ ਚਿੱਟੇ ਵਾਲੇ 10 ਰੱਖੇ ਆ ਵੀ ਇੰਨੇ ਮਰ ਗਏ ਉਹ ਤੋਂ ਨਹੀਂ ਉਹਨੂੰ ਤੁਸੀਂ ਫੜਿਆ ਤੁਸੀਂ ਇਹ ਸ਼ੇਰ ਛੱਡਤਾ ਇਹ ਤੋਂ ਕਿੰਨੇ ਮਾਵਾਂ ਦੇ ਪੁੱਤ ਮਰੇ ਨੇ ਟੀਕੇ ਲੈ ਕੇ ਗੋਲੀਆਂ ਲੈ ਕੇ ਭਾਂਡਿਆਂ ਦਾ ਕੰਮ ਸੀ ਕਿਵੇਂ ਐਡਾ ਵੱਡਾ 1.5 ਕਰੋੜ ਦੀ ਕੋਠੀ 5 ਦਿਨ ਪਹਿਲਾਂ ਲੈਤੀ ਹੈ ਤੁਸੀਂ ਹੁਣ ਕੀ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਇਹੀ ਕੰਮ ਰਹਿ ਗਿਆ ਜਿਹੜਾ ਰੋਕਦੇ ਤੁਸੀਂ ਅੰਦਰ ਫੜ ਮੇਰੇ ਤੇ ਲਾ ਦਿਓ NSA ਭੇਜ ਦਿਓ ਅੰਦਰ ਮੈਨੂੰ ਗੱਲ ਕਰ ਮੇਰੀ ਟੀਮ ਹੈ ਉਹ ਵਿਚਾਰੀ ਕੰਮਾਂ ਕਾਰਾਂ ਵਾਲੀ ਹੈ ਮੈਨੂੰ ਪਤਾ ਹੈ ਟੀਮ ਨੂੰ ਡਰਾਉਂਦੇ ਹੁੰਦੇ ਨੇ ਤੇ ਟੀਮ ਵਾਲੇ ਵਿਚਾਰੇ ਜਵਾਕ ਹੀ ਡਰ ਵੀ ਜਾਂਦੇ ਨੇ ਜਵਾਕ ਹੁੰਦੇ ਨੇ ਆਪਾਂ ਐਂ ਕਰ ਲੈਣੇ ਆਪਾਂ ਕਿਤੇ ਨਹੀਂ ਜਾਂਦੇ ਨਾ ਮੇਰੀ ਕਿਤੇ ਟੀਮ ਜਾਵੇ ਜਿਹਨੇ ਜਾਣਾ ਉਹ ਜੀ ਸਰਕੇ ਜਾ ਸਕਦਾ ਪਰ ਅਸੀਂ ਉਹਨਾਂ ਪਰ ਨਹੀਂ ਹੁੰਦੇ ਜਿੱਥੇ ਕਹੋਗੇ ਉੱਥੇ ਗ੍ਰਿਫਤਾਰੀ ਦੇਵਾਂਗੇ ਨਾਰੇ ਲਾ ਕੇ ਮੈਨੂੰ ਜੇ ਫੜਨ ਨਾ ਆਇਓ ਭਰਾ ਬਣ ਕੇ ਬਸ ਇੰਨੀ ਤੁਹਾਨੂੰ ਬੇਨਤੀ ਹੈ ਕਹਿ ਦਿਓ ਵੀ ਚੱਪੋ ਰਿਆ ਜਾਂ ਉੱਥੇ ਆਊਂਗਾ ਲੋਕ ਲੈ ਕੇ ਜਾਂ ਇਕੱਲਾ ਆਊਂਗਾ ਜਿਹਨੇ ਆਉਣਾ ਹੋਇਆ ਆਪ ਹੀ ਆਉਣਗੇ ਤੇ ਐਦੂ ਬਾਅਦ ਦਾ ਕੰਮ ਸੋਡਾ ਹੈ ਹੁਣ ਉਹ ਹਸਪਤਾਲ 'ਚ ਦਾਖਲਾ ਸਰਕਾਰੀ 'ਚ ਇਸ ਟਾਈਮ ਪੱਤਰਕਾਰਾਂ ਨੂੰ ਬੇਨਤੀ ਹੈ ਪੱਤਰਕਾਰੋ ਜਾ ਕੇ ਉਹਦੀ ਵੀਡੀਓ ਬਣਾ ਲਓ ਜੇ ਕੋਈ ਸਾਡਾ ਬੰਦਾ ਜਾ ਕੇ ਉਹਦੀ ਵੀਡੀਓ ਬਣਾ ਲਓ ਕਿਵੇਂ ਉੱਧਰ ਉਹ ਪਰਚੇ ਪਾਓ ਜਿਹੜੇ ਮਰੇ ਨੇ ਪਿੱਛੇ ਲੋਕ ਜਿੱਥੋਂ ਮੈਨੂੰ ਕੱਲ੍ਹ ਇੱਕ ਭੈਣ ਦਾ ਫੋਨ ਆਈ ਜਾਂਦਾ ਵੀ ਭੈਣੇ ਸਾਡਾ ਮੁੰਡਾ ਟੀਕਾ ਲਾ ਕੇ ਮਰ ਗਿਆ ਆਹ ਦਮਾਲੇ ਵਾਲਾ ਮੁੰਡਾ ਆਹ ਇੱਥੇ ਆਹ ਕਿਹੜਾ ਪਿੰਡ ਹੈ ਰਈਆ ਆਹ ਬਰਨਾਲੇ ਕੋਲੋਂ ਉਹਨਾਂ ਨੇ ਟੀਕੇ ਲਾਉਣ ਵਾਲੇ ਨਹੀਂ ਫੜੇ ਵੇਚਣ ਵਾਲੇ ਨਹੀਂ ਫੜਿਆ ਹਲੇ ਤੱਕ ਉੱਥੋਂ ਦੀ ਪੁਲਿਸ ਨੇ ਪੁਲਿਸ ਨੂੰ ਪਰਚਾ ਪਤਾ ਕਿਤੇ ਹੋਣਾ ਚਾਹੀਦਾ ਹੈ
ਉਹ ਇਲਾਕੇ ਦੇ SHO ਤੇ ਜਿੱਥੋਂ ਕਿਸੇ ਬੱਚੇ ਦੀ ਮਰਤੀ ਹੁੰਦੀ ਹੈ ਡਰੱਗਸ ਨਾਲ ਅਸੀਂ ਜਮਾ ਸੱਚੇ ਦਿਲੋਂ ਤੁਰੇ ਹਾਂ ਪਰਮਾਤਮਾ ਕਸਮ ਤੇ ਮੁੜਦੇ ਨਹੀਂ ਨਾ ਹੀ ਅਸੀਂ ਕੋਈ ਗਲਤ ਸਟੈਪ ਚੱਕੀਏ ਤੁਸੀਂ ਤੁਸੀਂ ਕੋਈ ਕੀ ਸਜ਼ਾ ਦੇ ਦੋਗੇ ਸਾਨੂੰ ਪਤਾ ਸੀ ਤੁਸੀਂ ਕੁਛ ਨਹੀਂ ਕਰਨਾ ਲੋਕਾਂ ਦਾ ਰੋਹ ਆ ਲੋਕਾਂ ਦੇ ਜਵਾਕ ਮਰਿਆ ਭਾਈ ਲੋਕ ਸਜ਼ਾ ਦਿੰਦੇ ਨੇ ਕੋਈ ਕਿਸੇ ਨੂੰ ਮਾਰਦਾ ਨਹੀਂ ਕੁੱਟਦਾ ਨਹੀਂ ਅੱਗੇ ਤੁਸੀਂ ਅਗਲੇ ਨੂੰ ਜਲੀਲ ਕਰ ਦਿਓ ਉਹ ਸਾਨੂੰ ਪਤਾ ਤੁਸੀਂ ਸਾਨੂੰ ਜਲੀਲ ਕਰਨਾ ਸਾਡੀ ਮਿਹਨਤ ਦਾ ਮੁੱਲ ਨਹੀਂ ਪਾਉਣਾ ਮੈਨੂੰ ਸਵੇਰੇ ਕਹਿੰਦਾ ਕਹਿੰਦਾ ਅਸੀਂ ਜਾਂਦੇ ਹਾਂ ਸਰਚ ਕਰਨ ਸਾਨੂੰ ਤਾਂ ਕੁਛ ਮਿਲਦਾ ਨਹੀਂ ਤੁਹਾਨੂੰ ਕਿਵੇਂ ਮਿਲ ਜੇ ਤੁਹਾਡੇ ਬੰਦੇ ਕਾਲੀਆਂ ਭੇਡਾਂ ਨੇ ਵਿੱਚ ਉਹ ਫੋਨ ਕਰਕੇ ਦੱਸ ਦਿੰਦੀਆਂ ਨੇ ਤਿੰਨ ਬਲਾਏ ਕੀ ਮਾਨਸਾ ਦੀ ਆ ਜਿਹੜੀ ਕੋਠੀ ਪਾਈ ਬੈਠੇ ਜਿਹੜੇ ਆਪ ਨਿਸ਼ਾਨੀ ਕਰਦੇ ਉਹ ਕਹਿ ਰਹੇ ਨੇ ਇਹ ਗੱਲ ਵੀ ਸਾਡਾ ਥਾਣੇ ਚ ਅੱਧਾ ਝੋਟਿਆ ਕਿੱਥੇ ਫਿਰਦਾ ਹੈ ਵੱਡੇ ਵੱਡੇ ਅਫਸਰਾਂ ਨੂੰ ਹਫ਼ਤਾ ਜਾਂਦਾ ਹੈ ਸੋ ਮੇਰੇ ਵੀਰ ਜਿਹੜੇ ਨਸ਼ਾ ਕਰਦੇ ਨੇ ਤੇ ਮਾੜਾ ਮੋਟਾ ਵੇਚਦੇ ਨੇ ਉਹ ਵੀ ਸੁਣ ਲਓ ਇਹ ਤੁਹਾਡੇ ਵੀ ਸਕੇ ਨੇ ਸਕੇ ਨਹੀਂ ਇਹ ਤਾਂ ਸਕੇ ਉਹਨਾਂ ਦੇ ਨੇ ਵੱਡੇ ਬਲੈਕੀਆਂ ਦੇ ਤੂੰ ਤੁਹਾਨੂੰ ਇਹ ਕੀ ਲਈ ਬੈਠੇ ਨੇ ਮਾੜਾ ਮੋਟਾ ਵੇਚਣਾ ਤੋਂ ਪੀਣ ਵਾਲੇ ਨੂੰ ਇਹਨਾਂ ਦੀ ਸਰਤ ਨਾਲ ਫੁੱਲੇ ਫਿਰੋ ਇਹਨਾਂ ਨੇ ਕੁੱਲ ਜ਼ੋਰ ਲਾਇਆ ਮੇਰਾ ਐਕਸੀਡੈਂਟ ਕਰਾਉਣ ਨੂੰ ਮੈਨੂੰ ਮਰਵਾਉਣ ਨੂੰ ਇਹ ਮਰਵਾਉਣਗੇ ਮੈਨੂੰ ਜੇ ਮੈਨੂੰ ਕੱਲ੍ਹ ਨੂੰ ਕੋਈ ਕੁਛ ਹੁੰਦਾ ਮੈਂ ਅੱਜ ਔਨ ਲਾਈਵ ਕਹਿ ਰਿਹਾ ਪਿਛਲਾ ਮੇਰਾ ਲਾਈਵ ਇਹਨਾਂ ਰਿਸਟ੍ਰਿਕਸ਼ਨ ਕਰਤਾ ਇਹ ਦੇਖੋ ਚੱਲੂਗਾ ਕਿ ਨਹੀਂ ਚੱਲੂਗਾ ਚੱਲਦੀ ਵੀਡੀਓ ਸ਼ੇਅਰ ਕਰ ਦਿਓ ਭਰਾ ਬਣ ਕੇ ਫਿਰ ਵੱਧ ਲੋਕ ਜੁੜਨਗੇ ਸਕਰੀਨ ਰਿਕਾਰਡ ਕਰ ਲਿਓ ਜਿਵੇਂ ਕਰਨੀ ਹੈ ਕੋਈ ਚੱਕਰ ਨਹੀਂ ਵੱਧ ਤੋਂ ਵੱਧ ਲੋਕਾਂ ਤੱਕ ਆਵਾਜ਼ ਪਹੁੰਚੇ ਭਗਵੰਤ ਮਾਨ ਦੇ ਕੰਨਾਂ ਤੱਕ ਪਹੁੰਚਾ ਦੇ ਵੀ ਤੇਰੀ ਪੁਲਿਸ ਐਂ ਕਰ ਰਹੀ ਹੈ ਇੱਕ ਨਸ਼ੇ ਵਿਰੁੱਧ ਆਵਾਜ਼ ਉਠਾਈ ਨੂੰ ਕਿੰਨੇ ਮਹੀਨੇ ਹੋ ਗਏ ਅੱਜ ਮੇਰੇ ਪਿੱਛੇ ਲੱਗ ਕੇ ਕਿੰਨੇ ਜ਼ਿਲ੍ਹਿਆਂ 'ਚ ਆਵਾਜ਼ ਉੱਠ ਗਈ ਅੱਜ ਬਾਦਲ ਬਠਿੰਡੇ 'ਚ ਆਵਾਜ਼ ਉੱਠ ਰੱਖੀ ਹੈ ਬਠਿੰਡੇ ਦਾ 1000 ਬੰਦਾ ਮੈਨੂੰ ਫੋਨ ਕਰਦਾ ਸੀ ਬਠਿੰਡੋਂ ਸਾਰਾ ਦਿਨ ਫੋਨ ਆਉਂਦੇ ਨੇ ਅੱਜ 50 ਫੜ ਲਏ ਮੁੰਡਿਆਂ ਨੇ ਉਹਨਾਂ ਨੇ ਉਹਨਾਂ ਮੁੰਡਿਆਂ ਤੇ ਹੋਰ ਕਈ ਪਿੰਡਾਂ 'ਚ ਹੁਣ ਮੈਂ ਨਾਂ ਨਹੀਂ ਲੈਂਦਾ ਅੰਮ੍ਰਿਤਸਰ 'ਚੋਂ ਲਹਿਰ ਉੱਠ ਗਈ ਆ ਸਾਨੂੰ ਦੇਖ ਕੇ ਲੋਕੋ ਮੈਨੂੰ ਮਰਵਾਉਂਦੇ ਨੇ ਮੈਂ ਤਾਂ ਤਿਆਰ ਹਾਂ ਕੁਰਬਾਨੀ ਦੇਣ ਨੂੰ ਮੈਨੂੰ ਤਾਂ ਅੱਜ ਫੜ ਕੇ ਅੰਦਰ ਕਰ ਦਿਓ ਮਾਰਨਾ ਮਾਰ ਦਿਓ 15 ਪਰਚੇ ਪਾਉਣੇ 15 ਪਰਚੇ ਪਾ ਦਿਓ ਗੱਲ ਕਰ ਮੇਰੇ ਪਿੱਛੋਂ ਦੀਵਾ ਜਗਦਾ ਰੱਖਿਓ ਕਿਤੇ ਉਹੀ ਕੰਮ ਨਾ ਹੋ ਜੇ ਹੋਰ ਬੰਦਿਆਂ ਨਾਲ ਫੜ ਕੇ ਜੇਲ੍ਹ ਧੱਕ ਦਿੰਦੇ ਨੇ ਅਤੇ ਲੋਕ ਚੁੱਪ ਕਰਕੇ ਬਹਿ ਜਾਂਦੇ ਜੇ ਲੋਕੋ ਤੁਸੀਂ ਹੁਣ ਤੁਹਾਨੂੰ ਤੁਹਾਡਾ ਪਰਖਣ ਦੀ ਘੜੀ ਆ ਗਈ ਮੈਨੂੰ ਕਿੰਨੇ ਅੰਗੂਠੇ ਦੱਬਦੇ ਸੀ ਕਿੰਨੇ ਮੈਨੂੰ ਫੌਜ ਕਹਿੰਦੇ ਸੀ 50 ਫੌਜੀ ਆਵਾਂਗੇ 50 ਛੱਡੋ 15 ਹੀ ਆਇਓ ਵਰਦੀਆਂ ਪਾ ਕੇ ਥਾਣੇ ਮੂਹਰੇ ਗੰਦ ਦੀਆਂ ਢੇਰੀਆਂ ਭਰ ਲਿਆਓ ਸੜ ਦਿਓ ਬੱਚੇ ਇਹਨਾਂ ਦੇ ਅਫਸਰਾਂ ਨੇ ਮੈਂ ਸ਼ਰੇਆਮ ਕਹਿਣਾ ਖਬਰੇ ਇਹ ਜਲਾਲਤ ਮੰਨ ਕੇ ਵੀ ਸੁਸਾਈਡ ਨੋਟ ਲਿਖ ਦੇਣਾ ਮੇਰੇ ਤੇ ਝੂਠਾ ਪਰਚਾ ਪਾਇਆ ਜੱਜ ਨੇ ਕਿਹਾ ਕਾਰਵਾਈ ਕਰ ਉਹਨਾਂ ਦੇ ਕਾਰਵਾਈ ਨਹੀਂ ਕਰੀ ਚਿੱਟਾ ਪੀਣ ਵਾਲਾ ਮੁਲਾਜ਼ਮ ਸਤਪਾਲ ਉਹਦਾ ਡਰੋਪ ਟੈਸਟ ਕਰਾ ਕੇ ਉਹਤੇ ਕਾਰਵਾਈ ਨਹੀਂ ਕਰੀ ਹੋਰ ਕਿੰਨੇ ਬੰਦੇ ਨੇ ਉਹਨਾਂ ਦੇ ਕਾਰਵਾਈ ਨਹੀਂ ਕਰੀ ਹੁਣ ਇਹ ਭਾਈ ਸਾਨੂੰ ਬਦਨਾਮ ਵੀ ਕਰ ਸਕਦੇ ਨੇ ਇਹਨਾਂ ਦੀ ਕੀ ਕਾਹਤ ਹੈ ਬਦਨਾਮ ਕਰਨਗੇ ਜੇ ਇਹਨਾਂ ਕੋਲ ਬਦਨਾਮ ਕਰਨ ਦਾ ਕੋਈ ਸਾਧਨ ਹੁੰਦਾ ਪਿਛਲੇ 4 ਮਹੀਨੇ ਦਾ ਲੱਗਿਆ ਮੈਂ 5 ਮਿੰਟਾਂ 'ਚ ਬਦਨਾਮ ਕਰ ਦਿੰਦੇ ਮੈਨੂੰ ਇਹ ਸੋ ਵੀਰੋ ਹੁਣ ਜਾਗੋ ਹੁਣ ਤੁਹਾਡੀ ਵਾਰੀ ਹੈ ਸੋ ਮੈਂ ਤਾਂ ਕੱਲ੍ਹ ਨੂੰ ਵੀ ਗ੍ਰਿਫਤਾਰੀ ਦੇ ਸਕਦਾ ਅੱਜ ਵੀ ਦੇ ਸਕਦਾ ਮੇਰੇ ਘਰੇ ਨਾ ਆਇਓ ਜੀ ਮੇਰੇ ਜਵਾਕਾਂ 'ਤੇ ਗਲਤ ਪ੍ਰਭਾਵ ਪੈਂਦਾ ਤੁਹਾਡੀ ਵਰਦੀ ਦੇਖ ਕੇ ਮੈਂ ਨਹੀਂ ਦਿਖਾਉਣਾ ਚਾਹੁੰਦਾ ਤੁਹਾਡੇ ਵਰਗੀ ਕਲੰਕੀ ਵਰਦੀ ਮੇਰੇ ਬੱਚਿਆਂ ਦੇ ਮੂੰਹ 'ਤੇ ਲੱਗੇ ਸੋ ਮੈਂ ਚਾਹੁੰਦਾ ਵੀ ਮੈਨੂੰ ਤੁਸੀਂ ਵਰਦੀ ਖਾਤੀ ਸੀ ਖਾਕੀ ਵਰਦੀ ਤੁਸੀਂ ਇਹਨੂੰ ਹੋਰ ਪਾਸੇ ਲਾ ਲਿਆ ਖਾਕੀ ਵਰਦੀ 'ਤੇ ਕਲੰਕ ਲਾਉਣ ਵਾਲੇ ਹੋ ਤੁਸੀਂ ਕਿਉਂ ਨਸ਼ਾ ਇਕੱਲੇ ਪੰਜਾਬ 'ਚ ਹੀ ਆ ਕਿਤੇ ਹੋਰ ਕਿਉਂ ਨਹੀਂ ਕਿਉਂਕਿ ਤੁਸੀਂ ਭ੍ਰਿਸ਼ਟ ਅਫਸਰ ਹੋ ਰਹੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਸ਼ੇਅਰ ਕਰ ਦਿਓ ਡਾਊਨਲੋਡ ਕਰਕੇ ਫੈਲਾ ਦਿਓ ਪੱਤਰਕਾਰੋ ਡਰਨ ਦੀ ਲੋੜ ਨਹੀਂ ਤੁਹਾਨੂੰ ਸਵੇਰੇ ਕਿੰਨੀਆਂ ਬੈਟਾਂ ਹੀ ਹਜੇ ਤੱਕ ਨਹੀਂ ਪਾਈਆਂ ਡਰ ਜਾਂਦੇ ਹੋ ਕੀ ਕਰ ਲਾਂਗੇ ਤੁਹਾਡਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।